ਝੂਠੀ ਅਫਵਾਹ ਨੇ ਲੈ ਲਈਆਂ ਦੋ ਜਾਨਾਂ। ਟ੍ਰੇਨ ਚ ਫੈਲੀ ਅੱਗ ਲੱਗਣ ਦੀ ਅਫਵਾਹ, ਅੰਦਰ ਬੈਠੀਆਂ ਸਵਾਰੀਆਂ ਚ ਮਚੀ ਹਫੜਾ ਦਫੜੀ। ਲੋਕਾਂ ਨੇ ਡਰ ਕੇ ਖਿੱਚਤੀ ਟ੍ਰੇਨ ਦੀ ਚੇਨ, ਜਲਦੀ ਚ ਦੋ ਸਵਾਰੀਆਂ ਉਤਰੀਆਂ ਰੋਂਗ ਸਾਈਡ, ਕੁਚਲ ਗਈ ਦੂਸਰੇ ਪਾਸਿਓ ਆ ਰਹੀ ਟ੍ਰੇਨ। ਤਾਂ ਦੱਸ ਦੇ ਕਿ ਸੱਚਖੰਡ ਐਕਸਪ੍ਰੈਸ ਟ੍ਰੇਨ ਦੇ ਵਿੱਚ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਗੱਡੀ ਦੇ ਵਿੱਚ ਅੱਗ ਲੱਗੀ ਹੈ, ਜਿਸ ਕਾਰਨ ਟ੍ਰੇਨ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਅਤੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਦੇ ਨੇ। ਤਾਂ ਰੇਲਵੇ ਸਟੇਸ਼ਨ 'ਤੇ ਹੀ ਕਿਸੇ ਦੇ ਵੱਲੋਂ ਫਿਰ ਚੇਨ ਖਿੱਚ ਦਿੱਤੀ ਜਾਂਦੀ ਹੈ ਅਤੇ ਚੇਨ ਖਿੱਚਣ ਦੌਰਾਨ ਦੋ ਸਵਾਰੀਆਂ ਹੁੰਦੀਆਂ ਨੇ ਉਹ ਰੋਂਗ ਸਾਈਡ ਨੂੰ ਉਤਰ ਜਾਂਦੀ ਹੈ, ਜਿਸ ਕਾਰਨ ਦੂਸਰੇ ਪਾਸਿਓ ਆ ਰਹੀ ਇੱਕ ਟ੍ਰੇਨ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਅਤੇ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਹੁਣ ਇਹ ਸਵਾਲ ਉੱਠਦਾ ਹੈ ਕਿ ਗੱਡੀ ਦੇ ਵਿੱਚ ਝੂਠੀ ਅਫਵਾਹ ਅਸਲ ਦੇ ਵਿੱਚ ਕਿਸਨੇ ਅਤੇ ਕਿਉਂ ਫੈਲਾਈ। ਤਾਂ ਇਸ ਸੰਬੰਧੀ ਮੌਕੇ 'ਤੇ ਮੌਜੂਦ ਕੁਝ ਸਵਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਅੱਗ ਗੱਡੀ ਦੇ ਵਿੱਚ ਨਹੀਂ ਸਗੋਂ ਰੇਲਵੇ ਲਾਈਨਾਂ ਦੇ ਕੋਲ ਖੇਤਾਂ ਦੇ ਵਿੱਚ ਲੱਗੀ ਸੀ, ਜਿਸ ਕਾਰਨ ਉਸਦਾ ਧੂੰਆਂ ਟ੍ਰੇਨ ਦੇ ਅੰਦਰ ਆ ਗਿਆ ਸੀ ਅਤੇ ਉਹਨਾਂ ਨੂੰ ਲੱਗਾ ਕਿ ਅੱਗ ਗੱਡੀ ਦੇ ਵਿੱਚ ਲੱਗੀ ਹੈ, ਜਿਸ ਕਾਰਨ ਗੱਡੀ ਦੇ ਵਿੱਚ ਹਫੜਾ ਦਫੜੀ ਮੱਚਦੀ ਹੈ ਅਤੇ ਦੋ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ। ਤਾਂ ਮਰਨ ਵਾਲਿਆਂ ਦੇ ਵਿੱਚ ਇੱਕ ਅੰਕੁਰ ਰਾਮ ਵੀ ਸੀ, ਜੋ ਕਿ ਜਗਰਾਤਿਆਂ ਦੇ ਵਿੱਚ ਭਜਨ ਗਾਉਂਦਾ ਸੀ, ਅਤੇ ਇਸ ਦੇ ਨਾਲ ਇੱਕ ਹੋਰ ਦੂਸਰਾ ਸ਼ਖਸ ਵੀ ਹੁੰਦਾ ਹੈ, ਜਿਸ ਦੀ ਕਿ ਇਸ ਹਾਦਸੇ ਦੌਰਾਨ ਜਾਨ ਚਲੀ ਗਈ। ਤਾਂ ਦੱਸ ਦੇ ਕਿ ਇਹ ਹਾਦਸਾ ਸੋਨੀਪਤ ਦੇ ਕੋਲ ਹੋਇਆ, ਜਿੱਥੇ ਗੱਡੀ 'ਚ ਅੱਗ ਲੱਗਣ ਦੀ ਝੂਠੀ ਅਫਵਾਹ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਮੈਂ ਕਰੀਬ 9 ਵਜੇ ਸੂਚਨਾ ਪ੍ਰਾਪਤ ਹੋਈ ਸੀ ਕਿ ਰੇਲਵੇ ਸਟੇਸ਼ਨ ਹਰਸਾਣਾ ਦੇ ਪਾਸ ਇੱਕ ਵਿਅਕਤੀ ਦੀ ਮ੍ਰਿਤਿਊ ਹੋ ਗਈ, ਜੋ ਉਸਕੋ ਸਭ ਉਹ ਥਾਣੇ ਗਏ। ਕੁਛ ਦੇਰੀ ਕੇ ਬਾਅਦ ਦੂਸਰਾ ਸੌਗੀ ਦਿਖਾਈ ਦਿੱਤਾ, ਜੋ ਦੂਸਰੇ ਸੌਗੀ ਕਾਰਵਾਈ ਕੇ ਲਈ ਲੋਕ ਬੁਲਾਇਆ ਗਿਆ ਔਰ ਦੋਨੋਂ ਸਵਾਲ ਕੋ ਉਠਾ ਗਿਆ ਔਰ ਸਭ ਗ੍ਰਹਿ ਪਾਇਆ ਗਿਆ, ਜਿਸ ਕੀ ਇੱਕ ਕੀ ਸ਼ਨਾਖਤ ਮੈਂ ਸਨੋਖ ਰਾਜੇਸ਼ ਵਾਸੀ ਕੁੰਡਰੀ ਦੇ ਰੂਪ ਮੈਂ ਹੋਈ ਹੈ, ਔਰ ਜੋ ਉਸਕੇ ਸਾਥੀ ਤਿੰਨ ਚਾਰ ਸਾਥੀ ਹੋਰ ਤੇ ਉਹਨਾਂ ਨੇ ਬਤਾਇਆ ਬਈ ਕਿ ਰੇਲ ਮੈਂ ਜੋ ਆਇਆ ਆਗ ਲੱਗਣੇ ਕੀ ਅਫਵਾਹ ਫੈਲ ਗਈ ਥੀ, ਜਿਸ ਕੇ ਕਾਰਨ ਲੋਕ ਚਲਤੀ ਗਾੜੀ ਸੇ ਜਾਨ ਬਚਾਉਣੇ ਕੇ ਲਈ ਪੂਰੇ ਲਗੇ ਔਰ ਇਹ ਦੋਨੋਂ ਵਿਅਕਤੀ ਜੋ ਹੈ ਉਸਕੀ ਸਾਈਡ ਪੂਰ ਗਏ ਔਰ ਪਰਮਿੰਦਰ ਸਿੱਧੇ ਨਾਲ ਉਸਸੇ ਟਕਰਾ ਦੀ ਮੌਤ ਹੋ ਗਈ। ਦੂਸਰੇ ਕੀ ਪਹਿਚਾਣ ਹੋਈ ਸਰ? ਦੂਸਰੇ ਕੀ ਵੀ ਪਹਿਚਾਣ ਨਹੀਂ, ਪਤਾ ਚਲਾ ਸਰ ਕੋਈ ਅਫਵਾਹ ਥੀ ਵੋ ਯਹੀਂ ਸੋਨੀਪਤ ਕੇ ਆਸ ਪਾਸ ਫੈਲਾਈ ਗਈ ਪੀਛੇ ਸੇ ਫੈਲਾਈ ਗਈ ਥੀ? ਨਹੀਂ ਕੋਈ ਯਹੀਂ ਸੋਨੀਪਤ ਸਾਣੇ ਕੇ ਪਾਸ ਕਿਸੇ ਖੇਤ ਵੇਤ ਮੈਂ ਕੋਈ ਆਗ ਨਜ਼ਰ ਹੋ ਗਈ ਉਹ ਉਸਕੀ ਵਜ੍ਹਾ ਸੇ। ਝੂਠੀ ਅਫਵਾਹ ਨੇ ਲੈ ਲਈਆਂ ਦੋ ਜਾਨਾਂ, ਟ੍ਰੇਨ 'ਚ ਫੈਲੀ ਅੱਗ ਲੱਗਣ ਦੀ ਅਫਵਾਹ, ਅੰਦਰ ਬੈਠੀਆਂ ਸਵਾਰੀਆਂ 'ਚ ਮਚੀ ਹਫੜਾ ਦਫੜੀ, ਲੋਕਾਂ ਨੇ ਡਰ ਕੇ ਖਿੱਚਤੀ ਟ੍ਰੇਨ ਦੀ ਚੇਨ, ਜਲਦੀ 'ਚ ਦੋ ਸਵਾਰੀਆਂ ਉਤਰੀਆਂ ਰੋਂਗ ਸਾਈਡ, ਕੁਚਲ ਗਈ ਦੂਸਰੇ ਪਾਸਿਓ ਆ ਰਹੀ ਟ੍ਰੇਨ। ਤਾਂ ਦੱਸ ਦੇ ਕਿ ਸੱਚਖੰਡ ਐਕਸਪ੍ਰੈਸ ਟ੍ਰੇਨ ਦੇ ਵਿੱਚ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਗੱਡੀ ਦੇ ਵਿੱਚ ਅੱਗ ਲੱਗੀ ਹੈ, ਜਿਸ ਕਾਰਨ ਟ੍ਰੇਨ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਅਤੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਦੇ ਨੇ। ਤਾਂ ਰੇਲਵੇ ਸਟੇਸ਼ਨ 'ਤੇ ਹੀ ਕਿਸੇ ਦੇ ਵੱਲੋਂ ਫਿਰ
ਚੇਨ ਖਿੱਚ ਦਿੱਤੀ ਜਾਂਦੀ ਹੈ ਤੇ ਚੇਨ ਖਿੱਚਣ ਦੌਰਾਨ ਦੋ ਸਵਾਰੀਆਂ ਹੁੰਦੀਆਂ ਨੇ ਉਹ ਰੋਂਗ ਸਾਈਡ ਨੂੰ ਉਤਰ ਜਾਂਦੀ ਹੈ ਜਿਸ ਕਾਰਨ ਦੂਸਰੇ ਪਾਸਿਓਂ ਆ ਰਹੀ ਇੱਕ ਟ੍ਰੇਨ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਤੇ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਹੁਣ ਇਹ ਸਵਾਲ ਉੱਠਦਾ ਹੈ ਕਿ ਗੱਡੀ ਦੇ ਵਿੱਚ ਝੂਠੀ ਅਫਵਾਹ ਅਸਲ ਦੇ ਵਿੱਚ ਕਿਸਨੇ ਤੇ ਕਿਉਂ ਫੈਲਾਈ। ਤਾਂ ਇਸ ਸੰਬੰਧੀ ਮੌਕੇ ਤੇ ਮੌਜੂਦ ਕੁਝ ਸਵਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਅੱਗ ਗੱਡੀ ਦੇ ਵਿੱਚ ਨਹੀਂ ਸਗੋਂ ਰੇਲਵੇ ਲਾਈਨਾਂ ਦੇ ਕੋਲ ਖੇਤਾਂ ਦੇ ਵਿੱਚ ਲੱਗੀ ਸੀ ਜਿਸ ਕਾਰਨ ਉਸਦਾ ਧੂੰਆਂ ਟ੍ਰੇਨ ਦੇ ਅੰਦਰ ਆ ਗਿਆ ਸੀ ਤੇ ਉਹਨਾਂ ਨੂੰ ਲੱਗਾ ਕਿ ਅੱਗ ਗੱਡੀ ਦੇ ਵਿੱਚ ਲੱਗੀ ਹੈ ਜਿਸ ਕਾਰਨ ਗੱਡੀ ਦੇ ਵਿੱਚ ਹਫੜਾ ਦਫੜੀ ਮੱਚਦੀ ਹੈ ਤੇ ਦੋ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ। ਤਾਂ ਮਰਨ ਵਾਲਿਆਂ ਦੇ ਵਿੱਚ ਇੱਕ ਅੰਕੁਰ ਰਾਮ ਵੀ ਸੀ ਜੋ ਕਿ ਜਗਰਾਤਿਆਂ ਦੇ ਵਿੱਚ ਭਜਨ ਗਾਉਂਦਾ ਸੀ ਤੇ ਇਸ ਦੇ ਨਾਲ ਇੱਕ ਹੋਰ ਦੂਸਰਾ ਸ਼ਖਸ ਵੀ ਹੁੰਦਾ ਹੈ ਜਿਸ ਦੀ ਕਿ ਇਸ ਹਾਦਸੇ ਦੌਰਾਨ ਜਾਨ ਚਲੀ ਗਈ। ਤਾਂ ਦੱਸ ਦੇ ਕਿ ਇਹ ਹਾਦਸਾ ਸੋਨੀਪਤ ਦੇ ਕੋਲ ਹੋਇਆ ਜਿੱਥੇ ਗੱਡੀ 'ਚ ਅੱਗ ਲੱਗਣ ਦੀ ਝੂਠੀ ਅਫਵਾਹ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਕਰੀਬ 9 ਵਜੇ ਸੂਚਨਾ ਪ੍ਰਾਪਤ ਹੋਈ ਸੀ ਕਿ ਰੇਲਵੇ ਸਟੇਸ਼ਨ ਹਰਸਾਣਾ ਦੇ ਪਾਸ ਇੱਕ ਵਿਅਕਤੀ ਦੀ ਮ੍ਰਿਤਯੂ ਹੋ ਗਈ ਜੋ ਉਸਕੋ ਸਭ ਹੋਰ ਥਾਣੇ ਗਏ। ਕੁਛ ਦੇਰੀ ਕੇ ਬਾਅਦ ਦੂਸਰਾ ਸੌਂਗੀ ਦਿਖਾਈ ਦਿੱਤਾ ਜੋ ਦੂਸਰੇ ਸੌਂਗੀ ਕਾਰਵਾਈ ਕੇ ਲਈ ਲੋਕ ਬੁਲਾਇਆ ਗਿਆ ਔਰ ਦੋਨੋਂ ਸਵੋ ਕੋ ਉਠਾ ਗਏ ਔਰ ਸਭ ਗ੍ਰਹਿਮਤ ਪਾਇਆ ਗਿਆ ਜਿਸ ਕੀ ਇੱਕ ਕੀ ਸ਼ਨਾਖਤ ਮੈਂ ਸਨੋ ਰਾਜੇਸ਼ ਵਾਸੀ ਕੁੰਡਰੀ ਦੇ ਰੂਪ ਮੈਂ ਹੋਈ ਹੈ ਔਰ ਜੋ ਉਸਕੇ ਸਾਥੀ ਚਾਰ ਸਾਥੀ ਹੋਰ ਤੇ ਉਹਨਾਂ ਨੇ ਬਤਾਇਆ ਬਈ ਕਿ ਰੇਲ ਮੈਂ ਜੋ ਆਇਆ ਆਗ ਲੱਗਣੇ ਕੀ ਅਫਵਾਹ ਫੈਲੀ ਦਿੱਤੀ ਜਿਸਕੇ ਕਾਰਨ ਲੋਕ ਚਲਤੀ ਗਾੜੀ ਸੇ ਜਾਨ ਬਚਾਣੇ ਕੇ ਲਿਏ ਡੂਬ ਰਹਿ ਲਗੇ ਔਰ ਇਹ ਦੋਨੋਂ ਵਿਅਕਤੀ ਜੋ ਹੈ ਦੂਸਰੀ ਸਾਈਡ ਡੂਬ ਗਏ ਔਰ ਪਰਲੀ ਤਰਫ ਸੇ ਟ੍ਰੇਨ ਆ ਗਿਆ ਉਸਸੇ ਟਕਰਾ ਕੇ ਉਸਦੀ ਮੌਤ। ਦੂਸਰੇ ਕੀ ਪਹਿਚਾਣ ਹੋਈ ਸਰ? ਦੂਸਰੇ ਕੀ ਵੀ ਪਹਿਚਾਣ ਨਹੀਂ ਹੋਈ। ਪਤਾ ਚਲਾ ਸਰ ਕੋਈ ਅਫਵਾਹ ਥੀ ਵੋ ਜਾਂ ਸੋਨੀਪਤ ਕੇ ਆਸਪਾਸ ਫੈਲਾਈ ਗਈ ਪਿੱਛੇ ਸੇ ਫੈਲਾਈ ਗਈ ਥੀ? ਨਹੀਂ ਕੋਈ ਨਹੀਂ ਸੋਨੀਪਤ ਸਾਣੇ ਕੇ ਪਾਸ ਕਿਸੀ ਖੇਤ ਵੇਤ ਮੇਂ ਕੋਈ ਆਗ ਨਜ਼ਰ ਹੋ ਗਈ ਉਹ ਉਸਕੀ ਵਜ੍ਹਾ ਸੇ ਹੀ ਹੋ ਗਈ।